ਇਹ ਛਾਨਣੇ ਨੇ ਮਸਲ ਤੁਸੀਂ ਕਣਕ ਦੀ ਜਾਂ ਮੂੰਜੀ ਦੀ ਕਟਾਈ ਕਰਨੀ ਹੋ ਉਹਦੇ ਵਾਸਤੇ ਸਤਰ ਲਾਉਣ ਵਾਸਤੇ ਜੀ ਜੀ ਠੀਕ ਹੈ ਇਹ ਲੱਗਦੇ ਇਹ ਨਾਲ ਟੂਲ ਕਿੱਟ ਟੂਲ ਕਿੱਟ ਹੈ ਜਿਹਦੀਆਂ ਨੈਟ ਬੋਲਟ ਖੋਲਣ ਵਾਸਤੇ ਇਹ ਬਲੇਡ ਨਾਲ ਇੱਕ ਇਹਦਾ ਇੱਕ ਉਹ ਨਾਲ ਲੱਗਾ ਇੱਕ ਇਹ ਵੇ ਇੱਕ ਇਹ ਸ਼ੂਟਰ ਇਹਦੇ ਨਾਲ ਘਾਹ ਵਗੈਰਾ ਤੁਸੀਂ ਕੱਟ ਸਕਦੇ ਹੋ ਘਰ ਦੇ ਲਾਉਣ ਲਾਉਣ ਵਾਸਤੇ ਨਾ ਲਾਉਣ ਹੋਰ ਇਹ ਤੇਲ ਪਾਉਣ ਵਾਲੀ ਪੀਪ ਇਹਦੇ ਨਾਲ ਨਾਲ ਇਹ ਟੂਲ ਠੀਕ ਹੈ ਯਾਨੀ ਇੱਕ ਮਸ਼ੀਨ ਨਾਲ ਕਈ ਕੰਮ ਲੈ ਜਾ ਸਕਦੇ ਇਹ ਬੜਾ ਹੀ ਚਲਾਉਣਾ ਆਸਾਨ ਇਹਨੂੰ ਤੇ ਇਹਦਾ ਆਨ ਆਫ ਵਾਲਾ ਬਟਨ ਹੈ ਆਨ ਆਨ ਕਰਕੇ ਜੀ ਕਿੱਕ ਮਾਰ ਕੇ ਸਟਾਰਟ ਕਰ ਲਈਦਾ ਇਹ ਰੇਸ ਇਹਦੀ ਰੇਸ ਹੈ ਦੇਖ ਕੇ ਜਿਵੇਂ ਦਾਤਣ ਨਹੀਂ ਫੇਰੀ ਆਈਦਾ ਆਮ ਜੀ ਜੀ ਉਸ ਤਰ੍ਹਾਂ ਇਹਨੂੰ ਫੇਰੀ ਆਓ ਅਤੇ ਚਲਾਈ ਆਓ ਔਰ ਇਹ ਬੈਲਟ ਕੰਧਿਆਂ 'ਤੇ ਸਾਰਾ ਵਜ਼ਨ ਰਹਿੰਦਾ ਬਾਜੂਆਂ 'ਤੇ ਵੀ ਨਹੀਂ ਕੋਈ ਮਸਲਾ ਆਉਂਦਾ ਵਜ਼ਨ ਅੱਛਾ ਤਿੰਨ ਬਲੇਡ ਲੱਗੇ ਹੁੰਦੇ ਨੇ ਹਾਂਜੀ ਇੱਕ ਬਲੇਡ ਨਾਲ ਲੱਗਾ ਹੁੰਦਾ ਦੋ ਨਾਲ ਹੁੰਦੇ ਨੇ ਜ਼ਾਫੀ ਤਿੰਨ ਬਲੇਡ ਹੁੰਦੇ ਨੇ ਨਾਲ ਇੱਕ ਟੂਲ ਕਿੱਟ ਹੁੰਦੀ ਹੈ ਇਹਦੇ ਮੁਤਲਕਾ ਬਲੇਡ ਚੇਂਜ ਕਰਨਾ ਕਰ ਸਕਦੇ ਹੋ ਖੁਦ ਠੀਕ ਹੈ ਯਾਨੀ ਖੁਦ ਇਹਨੂੰ ਬੰਦਾ ਈਜ਼ੀਲੀ ਹੈਂਡਲ ਕਰ ਸਕਦਾ ਈਜ਼ੀਲੀ ਹੈਂਡਲ ਕਰ ਸਕਦਾ ਇਹਨੂੰ ਇੱਕ ਘੰਟੇ ਦੇ ਵਿੱਚ ਕਿੰਨਾ ਪੈਟਰੋਲ ਖਾ ਜਾਂਦੀ ਹੈ ਇੱਕ ਘੰਟੇ 'ਚ ਡੇਢ ਲੀਟਰ ਪੈਟਰੋਲ ਖਾ ਜਾਏਗੀ ਡੇਢ ਲੀਟਰ ਹਾਂਜੀ ਫਿਰ ਤਾਂ ਕੁਛ ਵੀ ਨਹੀਂ ਕਾਫੀ ਸਾਰੇ ਇੱਕ ਘੰਟੇ ਦੇ ਵਿੱਚ ਤੇ ਕਾਫੀ ਚਾਰਾ ਜਿਹੜਾ ਉਹ ਕੱਟਿਆ ਜਾ ਸਕਦਾ ਹਾਂਜੀ ਤੇ ਤੁਸੀਂ ਕੱਟਦੇ ਪਏ ਹੋ ਚਰੀ ਜੀ ਬਿਲਕੁਲ ਤੇ ਈਜ਼ੀਲੀ ਕੱਟਿਆ ਜਾਂਦਾ ਬੜਾ ਆਸਾਨ ਹੈ ਕੰਮ ਫੋਰਸ ਲਾਣੇ ਪੈਂਦੇ ਵੀ ਕੰਮ ਹੁੰਦਾ ਹੈ 10 15 ਮਿੰਟਾਂ 'ਚ ਕੰਮ ਖਤਮ ਕਰਕੇ ਤੇ ਘਰ ਹੋ ਜਾਓ ਇਹਦੇ ਨਾਲ ਹਾਂਜੀ ਤੇ ਕਿਹਨਾਂ ਲੋਕਾਂ ਨੂੰ ਤੁਸੀਂ ਮਸ਼ਵਰਾ ਦਿੰਦੇ ਹੋ ਕਿ ਕਿਹੜੇ ਲੋਕ ਲੈਣ ਇਹਦੇ ਨਾਲ ਕੀ ਕੀ ਕੱਟਿਆ ਜਾ ਸਕਦਾ ਇਹਦੇ ਨਾਲ ਹਰ ਕਿਸਮ ਦੀ ਚਾਰਾ ਦਾਤ ਕੱਟ ਸਕਦੇ ਹੋ ਤੁਸੀਂ ਤੇ ਜਿੰਨਾ 5 ਤੋਂ 10 ਡੰਗਰ ਰੱਖੇ ਨੇ ਉਹ ਲੈ ਕੇ ਆਰਾਮ ਦੇ ਨਾਲ ਕਟਾਈ ਕਰ ਸਕਦੇ ਨੇ ਇਸ ਤੋਂ ਹੋਛੀ ਵੀ ਹੈ ਆਈਟਮ ਜਿੰਨਾ ਜ਼ਿਆਦਾ ਜ਼ਿਆਦਾ ਜਾਨਵਰ ਰੱਖੇ ਨੇ 18,000 ਤੋਂ ਲੈ ਕੇ 5 ਲੱਖ ਤੱਕ ਜਿਹੜੀਆਂ ਸਾਡੇ ਕੋਲ ਮਸ਼ੀਨਾਂ ਨੇ ਚਾਰਾ ਵਗੈਰਾ ਕੱਟ ਸਕਦੀਆਂ ਛੋਟੇ ਜ਼ਿਮੀਦਾਰ ਵਾਸਤੇ ਆ ਵੀ ਠੀਕ ਹੈ ਵੱਡੇ ਜ਼ਿਮੀਦਾਰ ਨੇ ਉਹਨਾਂ ਵਾਸਤੇ ਮਸ਼ੀਨਾਂ ਆਏ ਨੇ ਰੈਪਰ ਵਗੈਰਾ ਜਿਹੜੇ ਨੇ ਉਹ ਖਰੀਦ ਸਕਦੇ ਨੇ ਆਟੋਮੈਟਿਕ ਨੇ ਬਹੁਤ ਆਸਾਨ ਚਲਾਉਣੇ ਉਹਨਾਂ ਨੂੰ ਉਹਨਾਂ ਦੇ ਵੀ ਪੈਟਰੋਲ ਦਾ ਜਿਹੜਾ ਖਰਚਾ ਨਾ ਇੱਕ ਘੰਟੇ ਦੇ ਵਿੱਚ 2 ਤੋਂ 2.5 ਲੀਟਰ ਤੇ ਯਾਨੀ ਜਿਹੜਾ ਦਾਤਰ ਫੇਰਨਾ ਇਸ ਤਰ੍ਹਾਂ ਦੀ ਗਰਮੀ ਦੇ ਵਿੱਚ ਜਾਂ ਸਰਦੀ ਦੇ ਵਿੱਚ ਉਹਦੇ ਨਾਲ ਬਿਹਤਰ ਹੈ ਕਿ ਇਹ ਬ੍ਰਸ਼ ਕਟਰ ਲਾਓ ਤਾਂ ਕੰਮ ਚਲਾਓ ਬ੍ਰਸ਼ ਕਟਰ ਲਾਓ ਕੋਈ ਜ਼ੋਰ ਨਹੀਂ ਲੱਗਦਾ ਮਸ਼ੀਨ ਸਿਰਫ ਤੂੰ ਆਪਣੇ ਹੱਥ ਨਾਲ ਇੱਕ ਬਟਨ ਆਪਣਾ ਜਾਂ ਤੂੰ ਮੂਵ ਕਰੀ ਜਾਣਾ ਬਾਕੀ ਵਜ਼ਨ ਤੁਹਾਡਾ ਕੰਧਿਆਂ ਤੋਂ ਆਉਣਾ ਸਿਰਫ ਹੱਥਾਂ ਨੂੰ ਤੁਸੀਂ ਮੂਵ ਕਰਨਾ ਜਿਵੇਂ ਦਾਤਰ ਮੂਵ ਕਰੀਦਾ ਅਤੇ 10 ਮਿੰਟਾਂ 'ਚ ਆਪਣਾ ਕੰਮ ਮੁਕਾ ਕੇ ਅਤੇ ਆਰਾਮ ਦੇ ਨਾਲ ਪੱਠੇ ਵੱਢ ਕੇ ਲਾਈਏ ਠੀਕ ਹੈ ਉਹ ਲੋਕ ਜਿਹੜੇ 5 ਤੋਂ 4 10 ਜਾਨਵਰ ਰੱਖਦੇ ਨੇ ਉਹ ਵੱਡੀ ਇਨਵੈਸਟਮੈਂਟ ਨਹੀਂ ਕਰ ਸਕਦੇ ਉਹ ਇਹ ਰੱਖਣ ਬਿਲਕੁਲ ਅੱਛਾ ਲੋਕ ਇਹ ਰੱਖ ਕੇ ਮਜ਼ਦੂਰਾਂ ਨੂੰ ਦੇ ਸਕਦੇ ਨੇ ਕਿ ਈਜ਼ੀਲੀ ਹਰ ਬੰਦਾ ਚਲਾ ਸਕਦਾ ਜਾਂ ਪਹਿਲੇ ਟ੍ਰੇਨਿੰਗ ਲੈਣੀ ਪਏਗੀ ਬੱਚਾ ਵੀ ਚਲਾ ਸਕਦਾ ਟ੍ਰੇਨਿੰਗ ਲੈਣ ਦੀ ਕੋਈ ਜ਼ਰੂਰਤ ਨਹੀਂ ਇਹਦੀ ਆਨ ਕਰਕੇ ਸਟਾਰਟ ਕਰਕੇ ਇੱਕ ਇਹਦਾ ਬਟਨ ਹੈ ਅਤੇ ਇਹਨੂੰ ਚਲਾਈ ਆਓ ਜਿਵੇਂ ਦਾਤਰ ਮੂਵ ਕਰੀਦਾ ਇਸ ਤਰ੍ਹਾਂ ਇਹਨੂੰ ਮੂਵ ਕਰੀਦਾ ਅੱਛਾ ਜਿਹੜੇ ਇਹਦੇ ਨਾਲ ਦੂਸਰੀਆਂ ਚੀਜ਼ਾਂ ਨੇ ਇਹਦੀਆਂ ਔਜ਼ਾਰ ਨੇ ਉਹ ਵੀ ਦਿਖਾ ਸਕਦੇ ਸਾਨੂੰ ਦਿਖਾ ਸਕਦੇ ਹਾਂ ਨਾਲ ਇਹਦੇ ਡੱਬਾ ਇੱਕ जी सर, मेरा नाम अंश है, मैं सोबी एग्रो मशीनरी डस्का से हूँ। तो आज हम आपके लिए एक मशीन लेकर आए हैं जिसका नाम है ब्रश कटर, जो कि बहुत ही फ़ायदेमंद मशीन है, ख़ास करके छोटे फार्मर्स के लिए जिनके पास के 2 से लेकर 4 जानवर होते हैं और वो बड़ी मशीनरी अफोर्ड नहीं कर सकते। उनके लिए एक बहुत यूज़फुल टूल है जो कि बहुत ही कम पैसों में वो ख़रीद के तो इसे अपना काम चला सकते हैं। इतनी गर्मी में पट्ठे काटना भी मुश्किल होता है, तो ये मशीन आपका काम जो आपने घंटे एक घंटे में करना है आपका ये काम 10 से 15 मिनट में कर देती है और इसका खर्चा बहुत कम है। ठीक है, अच्छा ये बताएं कि इस मशीन में औज़ार कौन कौन से होते हैं, इसको चलाना क्या मुश्किल काम है या आसान काम है और कितने में मिलेगी? ये हमारे पास रेंज इसकी 18,000 से लेकर 35,000 तक है। इसके साथ मुख्तलिफ अटैचमेंट होती हैं ब्लेड्स की, जो इसके आप अपनी ज़रूरत के मुताबिक इस्तेमाल कर सकते हैं और इसका पेट्रोल का खर्चा भी बहुत कम है। मतलब कि एक आम फार्मर जो कि इसको इजीली अफोर्ड कर सकता है और इसको मेंटेनेंस भी इजीली इसकी करवा सकता है। अच्छा, मैंने देखा है कि आपने इसको इसके टूल्स वगैरह जो है वो साथ ही दे रहे हैं इसमें ऐड। ये जो आगे इसके ब्लेड लगा हुआ है ये एक ही है या इसमें और भी हैं? नहीं, इसमें मुख्तलिफ अटैचमेंट हैं, इसके साथ कितने 3 ब्लेड जाते हैं। चारा काटना एक तो इसका मेन मकसद है, ये पौधे वगैरह जो है उनके पत्ते वगैरह उनके मतलब सर, आप इसको डोमेस्टिक यूज़ के लिए भी इस्तेमाल कर सकते हैं, घर के अपने लॉन की मेंटेनेंस के लिए, अपने घास काटने के लिए, रोड ग्रास काटने के लिए, और अभी जैसे हम ये आए हैं फील्ड में ये चरी काटने के लिए, इसको मशीन को कोई दुश्वारी नहीं होती कोई भी चारा काटने के लिए। यानी चारे में सबसे
सख्त चारा जो है वो ये चरी को कहा जाता है, तो ये इसने बड़ी इजीली काट ली है, बहुत इजीली काटी है। और दूसरा रोडों वगैरह पे आजकल जड़ियां वगैरह काफी उग जाती हैं, तो उनको काटना भी इसके लिए आसान है, बिल्कुल आसान है। अच्छा ये बताएं कि ये अगर कोई बंदा आपसे खरीदना चाहे तो कैसे खरीदेगा? ये हमारा सर अगर तो अगर वो शोरूम विजिट करना चाहते हैं तो मेन डस्का सर्कुलर रोड पे हमारा शोरूम है। अगर तो किसी दूर दराज इलाके से हमारी मशीन खरीदना चाहते हैं तो हम इनको कैश ऑन डिलीवरी की फैसिलिटी भी प्रोवाइड करते हैं। वो अपनी हमें डिटेल्स दें, हम उनको ये मशीन यहाँ से पैक करवा के उनके एड्रेस पे भिजवा देंगे ऑन कैश ऑन डिलीवरी पे। ठीक है।